ਆਡਾ ਚੈਨਲ ਵੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਸਾਡੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਲਗਜ਼ਰੀ ਵਿਲਾ ਫੁੱਲੀ ਫਰਨੀਸ਼ ਲੈ ਕੇ ਆਏ ਹੈਗੇ ਆ 2500 ਸਕਰ ਯਾਰਡ ਦਾ ਇਹ ਕੋਰਨਰ ਦਾ ਵਿਲਾ ਡ੍ਰੀਮ ਸਿਟੀ ਦੇ ਵਿੱਚ ਲੋਕੇਟਿਡ ਹੈ ਔਰ ਕਲੱਬ ਹਾਊਸ ਦੇ ਕਾਫੀ ਨੇੜੇ ਹੈਗਾ ਜੇ ਕਾਫੀ اچھی ਪ੍ਰਾਈਮ ਲੋਕੇਸ਼ਨ ਤੇ ਇਹ ਪ੍ਰਾਪਰਟੀ ਹੈਗੀ ਜੇ ਇਸ ਵਿਲੇ ਦਾ ਇੰਟੀਰੀਅਰ ਬਹੁਤ ਹੀ ਸੋਨਾ ਕੀਤਾ ਗਿਆ ਹੈ ਔਰ ਕਾਫੀ ਡਿਟੇਲਿੰਗ ਦੇ ਨਾਲ ਕੀਤਾ ਗਿਆ ਹੈਗਾ ਜੇ ਅਸੀਂ ਸਾਰਿਆਂ ਨੂੰ ਰਿਕਵੈਸਟ ਕਰਾਂਗੇ ਕਿ ਇਸ ਵੀਡੀਓ ਨੂੰ ਕਿਰਪਾ ਕਰਕੇ ਪੂਰਾ ਦੇਖਣਾ ਕਾਫੀ ਅੱਛੀ ਡਿਟੇਲਿੰਗ ਵਾਲਾ ਇੰਟੀਰੀਅਰ ਵਾਲਾ ਵਿਲਾ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹੈਗੇ ਆ ਕਾਫੀ ਅਸੀਂ ਅੱਛੀ ਦੇ ਉੱਪਰ ਮਿਹਨਤ ਕੀਤੀ ਹੈਗੀ ਏ ਸਾਨੂੰ ਪੂਰੀ ਉਮੀਦ ਹੈ ਇਸ ਤੋਂ ਪਹਿਲਾਂ ਤੁਸੀਂ ਇਸ ਤਰ੍ਹਾਂ ਦਾ ਇਨਾ ਵੱਡਾ ਲਕਸ਼ਰੀ ਵਿਲਾ ਅੰਮ੍ਰਿਤਸਰ ਦੇ ਅੰਦਰ ਨਹੀਂ ਦੇਖਿਆ ਹੋਏਗਾ ਜੋ ਕਿ ਸੇਲ ਦੇ ਲਈ ਉਪਲਬਧ ਹੈਗਾ ਜੇ ਡ੍ਰੀਮ ਸਿਟੀ ਅੰਮ੍ਰਿਤਸਰ ਦੀ ਕਾਫੀ ਪੌਸ਼ ਕਲੋਨੀ ਹੈਗੀ ਕਾਫੀ ਸੇਫ ਐਂਡ ਸਿਕਿਉਰ ਏਰੀਆ ਹੈਗਾ ਜੇਦੇ ਅੰਦਰ ਵਿਲਾ ਲੋਕੇਟਿਡ ਹੈਗਾ ਜੇ ਬਹੁਤ ਹੀ ਸੋਹਣਾ ਇੰਟੀਰੀਅਰ ਨਾਲ ਪੂਰਾ ਘਰ ਤਿਆਰ ਕੀਤਾ ਆਓ ਆਪ ਜੀ ਨੂੰ ਘਰ ਦਾ ਫਰੰਟ ਐਲੀਵੇਸ਼ਨ ਚੈੱਕ ਕਰਵਾਨੇ ਹੈਗੇ ਆ ਹੌਨਰ ਦਾ ਵਿਲਾ ਹੈਗਾ ਜੀ ਆਸ-ਪਾਸ ਤੁਸੀਂ ਦੇਖੋ ਕਾਫੀ ਚੌੜੀਆਂ ਸੜਕਾਂ ਆ ਗਈਆਂ ਨੇ ਪ੍ਰੋਪਰ ਗ੍ਰੀਨ ਬੈਲਟ ਹੈ ਫੁੱਲ ਮੈਂਟੇਨ ਹੈ ਕਲੋਨੀ ਆ ਗਈ ਜੀ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਆਹ ਪੂਰੇ ਵਿਲੇ ਦਾ ਐਲੀਵੇਸ਼ਨ ਤਿਆਰ ਕੀਤਾ ਗਿਆ ਹੈਗਾ ਜੀ ਬੜੇ ਆਰਾਮ ਦੇ ਨਾਲ ਤੁਸੀਂ ਇੱਥੇ ਆਪਣੀ ਵੱਡੀ ਕਾਰ ਪਾਰਕ ਕਰ ਸਕਦੇ ਹੋ ਪੋਰਚ ਏਰੀਆ ਤੇ ਤੁਸੀਂ ਦੇਖੋਗੇ ਗ੍ਰੇਨੇਟ ਟਾਈਲ ਲਾਈ ਗਈ ਹੈਗੀ ਇਹ ਦੀਵਾਰਾਂ ਦੇ ਉੱਪਰ ਵੀ ਬਹੁਤ ਹੀ ਸੋਹਣੀ ਟਾਈਲ ਔਰ ਗ੍ਰਾਸ ਦਾ ਕੰਮ ਕੀਤਾ ਗਿਆ ਹੈਗਾ ਜੀ ਆਓ ਆਪ ਜੀ ਨੂੰ ਗਾਰਡਨ ਏਰੀਆ ਵੀ ਚੈੱਕ ਕਰਵਾਨੇ ਹੈਗੇ ਆ ਬਾਹਰ ਓਪਨ ਚ ਬੈਠਣ ਲਈ ਆ ਦੇਖੋ ਗਾਰਡਨ ਏਰੀਆ ਸੈੱਟ ਕੀਤਾ ਗਿਆ ਹੈਗਾ ਜੀ ਇਹਦੇ ਅੰਦਰ ਤੁਸੀਂ ਦੇਖੋਗੇ ਤੇ ਇੱਕ ਵਾਟਰ ਬਾਡੀ ਵੀ ਬਣਾਈ ਗਈ ਹੈ ਬੱਚੇ ਇਹਦੇ ਅੰਦਰ ਸਵਿੰਗ ਵੀ ਕਰ ਸਕਦੇ ਹੈਗੇ ਨੇ ਕਾਫੀ ਅੱਛੇ ਤਰੀਕੇ ਦੇ ਨਾਲ ਪੂਰਾ ਤਿਆਰ ਕੀਤਾ ਗਿਆ ਹੈਗਾ ਬਹੁਤ ਹੀ ਸੋਹਣੇ ਡੈਕੋਰੇਟਿਡ ਪੀਸ ਵੀ ਇਹਦੇ ਅੰਦਰ ਲਾਏ ਗਏ ਹੈਗੇ ਨੇ ਕਾਫੀ ਅੱਛੀ ਡਿਟੇਲਿੰਗ ਦੇ ਨਾਲ ਪੂਰਾ ਘਰ ਤਿਆਰ ਕੀਤਾ ਆਓ ਆਪ ਜੀ ਨੂੰ ਘਰ ਅੰਦਰ ਦੀ ਤਰਫ ਵੀ ਲੈ ਕੇ ਚੱਲਦੇ ਹੈਗੇ ਆ ਬਹੁਤ ਹੀ ਸੋਹਣਾ ਹੈ ਵਿਲਾ ਹੈਗਾ ਜੀ ਬਹੁਤ ਹੀ ਅੱਛੀ ਡਿਟੇਲਿੰਗ ਨਾਲ ਤਿਆਰ ਕੀਤਾ ਗਿਆ ਹੈਗਾ ਇਹਦਾ ਇੰਟੀਰੀਅਰ ਕਾਫੀ ਲਵਿਸ਼ ਹੈਗਾ ਜੀ ਕਰਦੇ ਐ ਐਂਟਰੈਂਸ ਤੇ ਜਾਲੀ ਦਾ ਡੋਰ ਲਾਇਆ ਗਿਆ ਹੈਗਾ ਕਰਦੇ ਅੰਦਰ ਐਂਟਰ ਕਰਦੇ ਸਭ ਤੋਂ ਪਹਿਲਾਂ ਦੇਖੋ ਲੌਬੀ ਏਰੀਆ ਹੈਗਾ ਜੀ ਬਹੁਤ ਹੀ ਅੱਛੀ ਵੱਡੀ ਲੌਬੀ ਹੈ ਇਹਦੇ ਅੰਦਰ ਐਂਟਰ ਕਰਦੇ ਤੁਹਾਨੂੰ ਐਦਾਂ ਲੱਗੇਗਾ ਕਿ ਤੁਸੀਂ ਕਿਸੇ ਮਹਿਲ ਦੇ ਅੰਦਰ ਐਂਟਰ ਕਰ ਰਹੇ ਹੈਗੇ ਹੋ ਪੂਰੇ ਘਰ ਦੇ ਅੰਦਰ ਫਲੋਰ ਤੇ ਦੇਖੋਗੇ ਵਿਟਰੀਫਾਈਡ ਟਾਈਲ ਲਾਈ ਗਈ ਹੈਗੀ ਇਹ ਬਹੁਤ ਹੀ ਸੋਹਣਾ ਫਰਨੀਚਰ ਇਸ ਪੂਰੇ ਘਰ ਦੇ ਅੰਦਰ ਲਾਇਆ ਗਿਆ ਹੈਗਾ ਇੱਕ ਇੱਕ ਡਿਟੇਲਿੰਗ ਦਾ ਇਹਦੇ ਅੰਦਰ ਧਿਆਨ ਰੱਖਿਆ ਗਿਆ ਹੈਗਾ ਡ੍ਰਾਇੰਗ ਰੂਮ ਦੇ ਨੂੰ ਗਲਾਸ ਦੇ ਨਾਲ ਕਵਰ ਕੀਤਾ ਗਿਆ ਹੈਗਾ ਜੀ ਡਾਈਨਿੰਗ ਏਰੀਆ ਹੈਗਾ ਸਟੇਅਰਕੇਸ ਤੁਸੀਂ ਦੇਖੋ ਸਟੇਅਰਕੇਸ ਦਾ ਕਟਆਊਟ ਟ੍ਰिपल ਹਾਈਟ ਦਾ ਬਣਾਇਆ ਗਿਆ ਹੈਗਾ ਬਹੁਤ ਹੀ ਸੋਹਣਾ ਸ਼ੈਂਡਲਰ ਲਾਇਆ ਗਿਆ ਹੈਗਾ ਜੇ ਉਹ ਸੀੜੀਆਂ ਦੇ ਉੱਪਰ ਤੁਸੀਂ ਦੇਖਣਾ वुਡ ਦੇ ਉੱਪਰ ਵਿਨੀਅਰ ਲਗਾ ਕੇ ਡਿਟੇਲਿੰਗ ਦੇ ਨਾਲ ਪੂਰੀ ਰੇਲਿੰਗ ਤਿਆਰ ਕੀਤੀ ਗਈ ਹੈਗੀ ਏ ਇਸ ਤਰ੍ਹਾਂ ਦੇ ਬਹੁਤ ਹੀ ਸੋਹਣੇ ਘਰ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਹੈਗੇ ਨੇ ਅਸੀਂ ਤੁਹਾਨੂੰ ਇਸ ਘਰ ਦੀ ਇੱਕ ਇੱਕ ਡਿਟੇਲਿੰਗ ਦੇ ਨਾਲ ਸਾਰਾ ਕੁਝ ਚੈੱਕ ਕਰਵਾਵਾਂਗੇ ਪਲੀਜ਼ ਇਸ ਵੀਡੀਓ ਤੇ ਪੂਰਾ ਬਨੇ ਰਹਿਣਾ ਔਰ ਇਸ ਵੀਡੀਓ ਨੂੰ ਪੂਰਾ ਵੇਖਣਾ ਦੀਵਾਰਾਂ ਦੇ ਉੱਪਰ ਵੀ ਬਹੁਤ ਹੀ ਸੋਹਣੇ ਸ਼ੋਪਿਸ ਲਾਏ ਗਏ ਹੈਗੇ ਨੇ ਆਓ ਆਪ ਜੀ ਨੂੰ ਡਰੈੰਗ ਰੂਮ ਏਰੀਆ ਚੈੱਕ ਕਰਵਾਨੇ ਹੈਗੇ ਆ ਟਫਨ ਗਲਾਸ ਦੇ ਨਾਲ ਇਹਨੂੰ ਕਵਰ ਕੀਤਾ ਗਿਆ ਹੈਗਾ ਫਲੋਰ ਦੇ ਉੱਪਰ ਤੁਸੀਂ ਦੇਖੋ ਵੁੱਡਨ ਪੈਟਰਨ ਦੀ ਬਹੁਤ ਹੀ ਸੋਹਣੀ ਟਾਈਲ ਲਾਈ ਗਈ ਹੈ ਡਾਊਨ ਸੀਲਿੰਗ ਦਾ ਕੰਮ ਕੀਤਾ ਗਿਆ ਹੈਗਾ ਬਹੁਤ ਹੀ ਸੋਹਣਾ ਲਗਜ਼ਰੀ ਲੈਵਿਸ਼ ਫਰਨੀਚਰ ਇਸ ਪੂਰੇ ਰੂਮ ਦੇ ਅੰਦਰ ਲਾਇਆ ਗਿਆ ਰੋਸ਼ਨੀ ਵੈਂਟੀਲੇਸ਼ਨ ਲਈ ਵਿੰਡੋ ਦਿੱਤੀ ਗਈ ਹੈ ਜੀ ਸਾਹਮਣੇ ਵਾਲੀ ਦੀਵਾਰ ਤੇ ਦੇਖੋ ਬਹੁਤ ਹੀ ਸੋਹਣਾ ਗਰਾਸ ਦਾ ਕੰਮ ਕਰਵਾਇਆ ਗਿਆ ਹੈਗਾ ਜੀ ਕਾਫੀ ਅਚੀ ਹਾਈ ਕੁਆਲਿਟੀ ਦਾ ਇਸ ਪੂਰੇ ਘਰ ਦੇ ਅੰਦਰ ਫਰਨੀਚਰ ਲਾਇਆ ਗਿਆ ਹੈਗਾ ਡਿਜ਼ਾਈਨਰ ਫੈਨ ਹੈਗੇ ਨੇ ਇਸ ਘਰ ਦੇ ਅੰਦਰ ਤੁਸੀਂ ਜੋ ਵੀ ਚੀਜ਼ਾਂ ਦੇਖ ਰਹੇ ਹੋ ਬੜੀਆਂ ਚੁਣੀਆਂ ਚੀਜ਼ਾਂ ਲਾਈਆਂ ਗਈਆਂ ਹੈਗੀਆਂ ਨੇ ਔਰ ਕਾਫੀ ਅੱਛੇ ਤਰੀਕੇ ਦੇ ਨਾਲ ਔਰ ਕਈ ਚੀਜ਼ਾਂ ਬਾਹਰੋਂ ਇੰਪੋਰਟ ਕਰਕੇ ਮੰਗਾਈਆਂ ਗਈਆਂ ਹੈਗੀਆਂ ਨੇ ਡ੍ਰਾਇੰਗ ਰੂਮ ਨੂੰ ਗਲਾਸ ਨਾਲ ਕਵਰ ਕੀਤਾ ਗਿਆ ਇਸ ਲਈ ਇਹਦੀ ਵਿਜ਼ਿਬਿਲਟੀ ਸਾਰੀ ਤਰਫ ਰਹਿਣੀ ਹੈ ਕਾਫੀ ਖੁੱਲਾ ਏਰੀਆ ਲੱਗਦਾ ਆਓ ਆਪ ਜੀ ਨੂੰ ਬਾਹਰ ਏਰੀਆ ਚੈੱਕ ਕਰਵਾਨੇ ਹੈਗੇ ਆ ਸਾਹਮਣੇ ਦੇਖੋ ਬਾਸ ਟੂਲ ਔਰ ਬਾਰ ਕਾਊਂਟਰ ਬਣਾਇਆ ਗਿਆ ਹੈ ਪਿੱਛੇ ਸ਼ੋਕੇਸ ਰੈਕ ਬਣਾਇਆ ਗਿਆ ਸ 12 ਦੇ ਉੱਪਰ ਦੇਖੋਗੇ ਤੇ ਬਹੁਤ ਹੀ ਸੋਹਣਾ ਕਾਫੀ ਅੱਛਾ ਕੰਮ ਕੀਤਾ ਗਿਆ ਹੈਗਾ ਹੈ ਗੈਸਟ ਦੇ ਬੈਠਣ ਲਈ ਸਾਹਮਣੇ ਸੋਫਾ ਔਰ ਸੈਂਟਰ ਟੇਬਲ ਵੀ ਲਾਇਆ ਗਿਆ ਕੰਸੋਲ ਲਾਇਆ ਗਿਆ ਹੈਗੇ ਨੇ ਆਓ ਆਪ ਜੀ ਨੂੰ ਡਾਈਨਿੰਗ ਏਰੀਆ ਵੀ ਚੈੱਕ ਕਰਵਾਈਏ ਔਰ ਇਸੇ ਦੇ ਨਾਲ ਬਾਹਰ ਇੱਕ ਪਾਊਡਰ ਰੂਮ ਵੀ ਦਿੱਤਾ ਗਿਆ ਉਹ ਵੀ ਆਪ ਜੀ ਨੂੰ ਚੈੱਕ ਕਰवाने ਹੈਗੇ ਆ ਪਾਊਡਰ ਰੂਮ ਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਡੈਕੋਰੇਟ ਕੀਤਾ ਗਿਆ ਹੈ ਸਾਹਮਣੇ ਵਾਲੀ ਵਾਲ ਨੂੰ ਦੇਖੋ ਹਾਈਲਾਈਟਰ ਵਾਲ ਬਣਾਈ ਗਈ ਹੈ ਜੀ ਇਹ ਬਹੁਤ ਹੀ ਸੋਹਣਾ ਮਿਰਰ ਹੈਗਾ ਜੀ ਪੂਰੀ ਬਾਥਰੂਮ ਫਿਟਿੰਗ ਹੈ ਦੇ ਅੰਦਰ ਲਾਈ ਗਈ ਹੈਗੀ ਇਹ ਡਾਈਨਿੰਗ ਦੇ ਆਪੋਜ਼ਿਟ ਹੀ ਕਿਚਨ ਬਣਾਈ ਗਈ ਹੈ ਔਰ ਇਸ ਘਰ ਦੀ ਕਾਫੀ ਅੱਛੀ ਹੈ ਵੱਡੀ ਕਿਚਨ ਹੈਗੀ ਜੇ ਇਹ ਵੀ ਬਹੁਤ ਹੀ ਅੱਛੇ ਔਰ ਕਾਫੀ ਅੱਛੀ ਬ੍ਰਾਂਡਡ ਕੰਪਨੀ ਤੋਂ ਤਿਆਰ ਕਰਵਾਈ ਗਈ ਹੈਗੀ ਹੈ ਬਹੁਤ ਹੀ ਸੋਹਣੀ ਗ੍ਰੇ ਔਰ ਵਾਈਟ ਕੰਟਰਾਸਟ ਦੇ ਅੰਦਰ ਹੈ ਪੂਰੀ ਕਿਚਨ ਤਿਆਰ ਕੀਤੀ ਗਈ ਹੈਗੀ ਹੈ ਸੀਲਿੰਗ ਦੇ ਉੱਪਰ ਦੇਖੋ ਵੀਨਰ ਲਾਇਆ ਗਿਆ ਹੈਗਾ ਪੂਰੀ ਮਾਡਰਨ ਇਟਾਲੀਅਨ ਹੈ ਕਿਚਨ ਹੈਗੀ ਜੇ ਹੌਬ ਦੇਖੋ ਹੈਫਲੇ ਕੰਪਨੀ ਦਾ ਹਾਫ ਔਰ ਚਿਮਨੀ ਲਾਈ ਗਈ ਹੈਗੀ ਇਹਦੇ ਅੰਦਰ ਕਿਚਨ ਦੇ ਕੈਬਿਨੇਟ ਦੇ ਅੰਦਰ ਜੋ ਐਸੈਸਰੀ ਯੂਜ਼ ਕੀਤੀ ਗਈ ਹੈ ਉਹ ਸਾਰੀ ਐਨੋਟੈਕ ਫਿਟਿੰਗ ਹੈ ਜੀ ਇਹ ਪੂਰੀ ਮਾਡਰਨ ਇਟਾਲੀਅਨ ਹੈ ਕਿਚਨ ਹੈ ਜੀ کافی ਅੱਛੇ ਲੇਆਉਟ ਦੇ ਨਾਲ ਆ ਪੂਰੇ ਘਰ ਨੂੰ ਤਿਆਰ ਕੀਤਾ ਗਿਆ ਹੈਗਾ ਜੀ ਕਿਚਨ ਦੇ ਬੈਕ ਸਾਈਡ ਤੇ ਆਓ ਆਪ ਜੀ ਨੂੰ ਉਹ ਏਰੀਆ ਵੀ ਚੈੱਕ ਕਰਵਾਣੇ ਹੈਗੇ ਆ ਇਹਦੇ ਅੰਦਰ ਵੀ ਤੁਸੀਂ ਦੇਖੋ ਪੂਰੀ ਕੈਬਿਨੇਟਰੀ ਦਾ ਕੰਮ ਕੀਤਾ ਗਿਆ ਡਬਲ ਬੋਲ ਦਾ ਸਿੰਕ ਲਾਇਆ ਗਿਆ ਹੈਗਾ ਸਿੰਕ ਏਰੀਆ ਨੂੰ ਕਿਚਨ ਤੋਂ ਹਟਵਾ ਬਣਾਇਆ ਗਿਆ ਸਟੋਰੇਜ ਦੀ ਸਪੇਸ ਦਿੱਤੀ ਗਈ ਹੈ ਇਹਦੇ ਨਾਲ ਹੀ ਪਿੱਛੇ ਡੱਗਟੇਰੀਆ واਸ਼ਿੰਗ ਏਰੀਆ ਆ ਆਪ ਜੀ ਨੂੰ ਵੀ ਚੈੱਕ ਕਰਵਾਣੇ ਆ तो, तो ही देखो वुडन पैटर्न की टाइल लाएगी है दीवारा दे ग्रे पैटर्न की टाइल हैगी जी काफ़ी अच्छी व्डी है डकटेरिया है गा? वीडियो देख के तुम तो कमेंट बॉक्स से दसना यह कोठी तू किस तरह की लगी है क्योंकि इस तरह की प्रीमियम कोठियाँ काफ़ी घट सेल उपलब्ध होंगे ने आओ आप मास्टर है है। मास्टर जी मास्टर बैडरूम चैक करवाने गए मास्टर बैडरूम के अंदर जिदा ही तीस एंटर करोगे तो काफ़ी अच्छा लगजरी फील आप जी नागा बहुत ही सोहना डिजाइनर डबल बैड लाया गया है जी ਸੀਲਿੰਗ ਦੇ ਉੱਪਰ ਵਿਨੀਅਰ ਦੇ ਨਾਲ ਕੰਮ ਕੀਤਾ ਗਿਆ ਪਾਲਿਸ਼ ਕੀਤੀ ਗਈ ਹੈਗੀਏ ਫਿਰ ਅੱچھے ਕੰਟਰਾਸ ਦਾ ਫੈਬਰਿਕ ਲਾਇਆ ਗਿਆ ਹੈਗਾ ਜੇ ਸਾਹਮਣੇ ਵਾਲੀ ਦੀਵਾਰ ਤੇ ਦੇਖੋ ਬਹੁਤ ਹੀ ਸੋਨਾ ਹੈਡ ਬੋਰਡ ਤਿਆਰ ਕੀਤਾ ਗਿਆ ਹੈ ਸਾਹਮਣੇ ਬੈੱਡ ਐਂਡ ਲਾਇਆ ਗਿਆ ਹੈ ਸਾਈਡ ਟੇਬਲ ਲਾਏ ਗਏ ਅਗੇ ਨੇ ਦੀਵਾਰਾਂ ਦੇ ਉੱਪਰ 골ਡਨ ਗਲਾਸ ਦਾ ਕੰਮ ਕੀਤਾ ਗਿਆ ਹੈਗਾ ਬੈੱਡ ਦੇ ਆਪੋਜ਼ਿਟ ਹੀ ਤੁਸੀਂ ਦੇਖੋਗੇ ਟੀਵੀ ਯੂਨਿਟ ਹੈਗਾ ਇਸ ਤੋਂ ਇਲਾਵਾ ਇਸ ਕਮਰੇ ਦੇ ਅੰਦਰ ਹੀ ਕਾਫੀ ਵੱਡਾ ਡਰੈਸਰ ਏਰੀਆ ਵੀ ਬਣਾਇਆ ਗਿਆ ਹੈਗਾ ਰੋਸ਼ਨੀ ਵੈਂਟੀਲੇਸ਼ਨ ਲਈ ਵਿੰਡੋ ਦਿੱਤੀ ਗਈ ਹੈ ਇਸ ਤੋਂ ਇਲਾਵਾ ਇਕਰਾ ਪਿੱਛੇ ਡਾਕਟਰ ਨੂੰ ਵੀ ਜਾਂਦਾ ਹੈ ਇਹ ਤੁਸੀਂ ਸਟੋਰੇਜ ਦੇਖੋ ਇਹ ਪੂਰੀ ਸਲਾਈਡਿੰਗ ਸਟੋਰੇਜ ਅਲਮਾਰੀ ਬਣਾਈ ਗਈ ਹੈਗੀ ਇਹ ਸਾਹਮਣੇ ਡਰੈਸਿੰਗ ਟੇਬਲ ਹੈਗਾ ਵੁੱਡਨ ਲੂਵਰ ਦੀ ਇਹਦੇ ਅੰਦਰ ਸੀਲਿੰਗ ਬਣਾਈ ਗਈ ਹੈ ਕਾਫੀ ਲਗਜ਼ਰੀ ਫੀਲ ਇਹਦੇ ਅੰਦਰ ਆ ਰਿਹਾ ਹੈਗਾ ਇਹ ਕਮਰੇ ਦੇ ਨਾਲ ਅਟੈਚ ਬਾਥਰੂਮ ਵੀ ਹੈ ਸਾਹਮਣੇ ਤੁਸੀਂ ਦੇਖੋ ਬਹੁਤ ਹੀ ਸੋਨਾ ਟੈਕਚਰ ਪੇਂਟ ਕੀਤਾ ਗਿਆ ਹੈ ਆਓ ਆਪ ਜੀ ਨੂੰ ਬਾਥਰੂਮ ਚੈੱਕ ਕਰਵਾਨੇ ਆ ਬਾਥਰੂਮ ਦੇ ਬਾਹਰ ਫਰੌਸ ਗਲਾਸ ਦਾ ਪਾਰਟੀਸ਼ਨ ਲਾਇਆ ਗਿਆ ਹੈ ਸਾਹਮਣੇ ਤੁਸੀਂ ਵੈਨਿਟੀ ਦੇਖੋ ਮਿਰਰ ਵੇਖੋ ਬਹੁਤ ਹੀ ਸੋਹਣਾ ਡਿਜ਼ਾਈਨਰ ਇਹਦੇ ਅੰਦਰ ਸਿੰਕ ਔਰ ਵਾਸ਼ਬੇਸ਼ਨ ਲਾਇਆ ਗਿਆ ਹੈਗੇ ਨੇ ਪੂਰੀ ਬਾਥਰੂਮ ਫਿਟਿੰਗ ਦੇਖੋ ਪੂਰਾ ਇਹ ਬਾਥਰੂਮ ਜੈੱਡ ਬਲੈਕ ਕਲਰ ਦੇ ਉੱਪਰ ਤਿਆਰ ਕੀਤਾ ਗਿਆ ਹੈ ਸਾਹਮਣੇ ਤੁਸੀਂ ਦੇਖੋ ਵਰਸਾਚੇ ਪੈਟਰਨ ਦੀ ਟਾਈਲ ਲਾਈ ਗਈ ਹੈਗੀ ਇਹ ਬਹੁਤ ਹੀ ਸੋਹਣੀ ਨੀਸ਼ ਕ੍ਰੀਏਟ ਕੀਤੀ ਗਈ ਹੈ ਬਹੁਤ ਹੀ ਸੋਹਣਾ ਇਹ ਬਾਥਰੂਮ ਤਿਆਰ ਕੀਤਾ ਗਿਆ ਹੈਗਾ ਸਾਰੇ ਲਗਜ਼ਰੀ ਬ੍ਰਾਂਡ ਇਹ ਕਾਨੂੰ ਬਣਾਉਂਦੇ ਵਕਤ ਯੂਜ਼ ਕੀਤੇ ਗਏ ਹੈਗੇ ਨੇ ਇਹ ਲਗਜ਼ਰੀ ਕੋਠੀ ਦਾ ਗਰਾਊਂਡ ਫਲੋਰ ਅਸੀਂ ਤੁਹਾਨੂੰ ਪੂਰਾ ਚੈੱਕ ਕਰਵਾ ਦਿੱਤਾ ਔਰ ਸਾਨੂੰ ਪੂਰੀ ਉਮੀਦ ਹੈ ਕਿ ਆਪ ਜੀ ਨੂੰ ਕਾਫੀ ਪਸੰਦ ਆਏਗੀ फर्स्ट फ्लोर इस तो भी अच्छा बनया है कृपया वीडियो पूरा वेखना स्टेयरखेस के दे स्टपते देखो सतवारीो मार्बल वुडन पैटर्न टाइल और ब्लैक पोत्रो सारा स्टेरखेज से मार्बल लाया गया है जे रेलिंग के उपर ती देखो विनर ला के पॉलिश की गई है और ग्लास के पार्टीशन लाए गए है पूरी स्टेयरखेस से रनिंग स्ट्रिप स्टिपलाइट चलती हैगी सामने देखो दीवारा तो दे बहुत ही सोहने वॉल डिज़ाइन लाए गए है ਬਹੁਤ ਹੀ ਸੋਹਣਾ ਵੱਡਾ ਸ਼ੈਂਡਲ ਇਹਦੇ ਅੰਦਰ ਲਾਇਆ ਗਿਆ ਹੈਗਾ ਜੇ ਫਰਸਟ ਫਲੋਰ ਐਂਟਰ ਕਰਦੇ ਸਭ ਤੋਂ ਪਹਿਲਾਂ ਪੈਸੇਜ ਏਰੀਆ ਹੈਗਾ ਜੇ ਥੱਲੇ ਤੁਸੀਂ ਕੱਟਆਊਟ ਤੋਂ ਦੇਖੋ ਬਹੁਤ ਹੀ ਸੋਹਣਾ 뷰 ਆਊਗਾ ਆਪ ਜੀ ਨੂੰ ਇੱਧਰ ਦੇਖੋ ਕੰਸੋਲ ਲਾਇਆ ਗਿਆ ਹੈ ਸਾਹਮਣੇ ਵਾਲ ਤੇ ਉੱਪਰ ਡਿਜ਼ਾਈਨਰ ਘੜੀ ਲਾਈ ਗਈ ਹੈ ਇਸ ਤੋਂ ਇਲਾਵਾ ਸਿਟਿੰਗ ਲਈ ਬਹੁਤ ਹੀ ਸੋਹਣੀਆਂ ਚੇਅਰ ਲਾਈਆਂ ਗਈਆਂ ਔਰ ਫਲਾਵਰ ਦੇ ਨਾਲ ਡੈਕੋਰੇਟ ਕੀਤਾ ਗਿਆ ਹੈਗਾ ਇਸ ਤੋਂ ਇਲਾਵਾ ਪੂਜਾ ਕਰਨ ਦਾ ਸਥਾਨ ਵੀ ਬਣਾਇਆ ਗਿਆ ਆਓ ਆਪ ਜੀ ਨੂੰ ਉਹ ਵੀ ਚੈੱਕ ਕਰਵਾਨੇ ਹੈਗੇ ਆ ਕੱਟਆਊਟ ਦੇਖੋ ਸਾਹਮਣੇ ਦੇਖੋ ਬਾਬਾ ਜੀ ਦਾ ਕਮਰਾ ਬਣਾਇਆ ਗਿਆ ਹੈ ਕਾਫੀ ਅੱਛੇ ਡਿਜ਼ਾਈਨਰ ਜਾਲੀ ਦੇ ਨਾਲ ਇਹਨੂੰ ਡੈਕੋਰੇਟ ਕੀਤਾ ਗਿਆ ਹੈਗਾ। ਘਰ ਦੇ ਅੰਦਰ ਹਰੇਕ ਚੀਜ਼ ਦਾ ਧਿਆਨ ਰੱਖਿਆ ਗਿਆ ਹੈ। ਆਓ ਆਪ ਜੀ ਨੂੰ ਫਰਸਟ ਫਲੋਰ ਦਾ ਮਾਸਟਰ ਬੈੱਡਰੂਮ ਚੈੱਕ ਕਰਵਾਨੇ ਹੈਗੇ ਆ। ਫਲੋਰ ਤੇ ਤੁਸੀਂ ਦੇਖੋ ਬਲੈਕ ਕਲਰ ਦੀ ਟਾਈਲ ਲਾਈ ਗਈ ਹੈਗੀ ਇਹ। ਸਾਹਮਣੇ ਬਹੁਤ ਹੀ ਸੋਹਣਾ ਸਿਟਿੰਗ ਏਰੀਆ ਬਣਾਇਆ ਗਿਆ ਹੈ। ਡਬਲ ਚੇਅਰ ਲਾਈ ਗਈ ਹੈ, ਪਿੱਛੇ ਵਿੰਡੋ ਦਿੱਤੀ ਗਈ ਹੈ, ਉੱਪਰ ਵਿਨੀਅਰ ਦੀ ਸੀਲਿੰਗ ਕੀਤੀ ਗਈ ਹੈਗੀ ਇਹ। ਇਸ ਕਮਰੇ ਦੇ ਅੰਦਰ ਵੀ ਬਹੁਤ ਸੋਹਣਾ ਫਰਨੀਚਰ ਲਾਇਆ ਗਿਆ ਹੈਗਾ ਜੇ ਆਓ ਆਪ ਜੀ ਨੂੰ ਉਹ ਵੀ ਚੈੱਕ ਕਰਵਾਨੇ ਹੈਗੇ ਆ। ਕਾਫੀ ਹਾਈ ਐਂਡ ਫਰਨੀਚਰ ਹੈ ਜਿਸ ਪੂਰੇ ਕਮਰੇ ਦੇ ਅੰਦਰ ਯੂਜ਼ ਕੀਤਾ ਗਿਆ ਹੈ ਬੈੱਡ ਐਂਡ ਲਾਇਆ ਗਿਆ ਡਬਲ ਬੈੱਡ ਹੈਗਾ ਜੀ ਕਾਫੀ ਅੱਛਾ ਹੈਡ ਬੋਰਡ ਤਿਆਰ ਕੀਤਾ ਗਿਆ ਹੈ ਉੱਪਰ ਲੂਵਰ ਦਾ ਕੰਮ ਕੀਤਾ ਗਿਆ ਹੈਗਾ ਜੀ ਬਹੁਤ اچھی ਫੀਲਿੰਗ ਇਹਦੇ ਅੰਦਰ ਆਂਦੀ ਹੈਗੀ ਜੇ ਇਸ ਤੋਂ ਇਲਾਵਾ ਬੈੱਡ ਦੇ ਆਪੋਜ਼ਿਟ ਤੁਸੀਂ ਦੇਖੋਗੇ ਤੇ ਟੀਵੀ ਯੂਨਿਟ ਵੀ ਆਪ ਜੀ ਨੂੰ ਬਣਾ ਕੇ ਦਿੱਤਾ ਜਾ ਰਿਹਾ ਹੈ ਕਾਫੀ ਅੱਛਾ ਟੀਵੀ ਯੂਨਿਟ ਹੈ ਸਾਹਮਣੇ ਮਿਰਰ ਵੀ ਲਾਇਆ ਗਿਆ ਡਰੈਸਿੰਗ ਟੇਬਲ ਹੈਗਾ ਜੀ ਕਾਫੀ ਅੱਛਾ ਵੱਡੇ ਸਾਈਜ਼ ਦਾ ਇਹ ਬੈੱਡਰੂਮ ਹੈਗਾ ਜੀ ਉਨਾ ਹੀ ਵੱਡਾ ਇਸ ਕਮਰੇ ਦੇ ਨਾਲ ਅਟੈਚ ਵੱਡਾ ਬਾਥਰੂਮ ਦਿੱਤਾ ਗਿਆ ਹੈਗਾ ਜੀ ਫਰੌਸ ਕਲਾਸ ਦਾ ਪਾਰਟੀਸ਼ਨ ਉਹ ਡੋਰ ਲਾਇਆ ਗਿਆ ਬਾਥਰੂਮ ਦੇ ਅੰਦਰ ਐਂਟਰ ਕਰਦੇ ਤੋ ਇਹ ਦੇਖੋ ਕਿੰਨੀ ਅੱਛੀ ਫੀਲ ਆਂਦੀ ਹੈ ਵਾਈਟ ਕਲਰ ਦੀ ਟਾਈਲ ਲਾਈ ਗਈ ਹੈ ਸਾਹਮਣੇ ਵੈਨਿਟੀ ਬਣਾਈ ਗਈ ਹੈ ਰਾਉਂਡ ਮਿਰਰ ਲਾਇਆ ਗਿਆ ਇਹਦੇ ਅੰਦਰ ਬਹੁਤ ਹੀ ਵੱਡੇ ਸਾਈਜ਼ ਹੈ ਬਾਥਰੂਮ ਹੈਗਾ ਜੀ ਸ਼ਾਵਰ ਇਨ ਕਲੋਜ਼ਰ ਏਰੀਆ ਤੋ ਹੀ ਦੇਖੋ ਬਿਲਕੁਲ ਸੈਪਰੇਟ ਬਣਾਇਆ ਗਿਆ ਪੂਰੀ ਡਿਟੇਲਿੰਗ ਦੇ ਨਾਲ ਇਹਦੇ ਅੰਦਰ ਕੰਮ ਕੀਤਾ ਗਿਆ ਹੈ ਬਾਥਰੂਮ ਦੀ ਫਿਟਿੰਗ ਆਪ ਜੀ ਨੂੰ ਲਾ ਕੇ ਦਿੱਤੀ ਜਾਏਗੀ ਸਾਹਮਣੇ ਵਾਲ ਤੋਂ ਤੋ ਇਹ ਦੇਖੋ ਕਾਫੀ ਵੱਡੀ ਸਲਾਈਡਿੰਗ ਵਾਰਡਰੋਬ ਆਪ ਇਸ ਘਰ ਦੇ ਅੰਦਰ ਸਟੋਰੇਜ ਦਾ ਕਾਫੀ ਅੱਛੇ ਆਪਸ਼ਨ ਬਣਾਏ ਗਏ ਹੈਗੇ ਨੇ ਬਹੁਤ ਹੀ ਸੋਹਣਾ ਇਹ ਬੈੱਡਰੂਮ ਹੈਗਾ ਜੇ ਮਾਸਟਰ ਇਹ ਬੈੱਡਰੂਮ ਹੈਗਾ ਆਓ ਆਪ ਜੀ ਨੂੰ ਇਸ ਤੋਂ ਇਲਾਵਾ ਕਿਡਸ ਰੂਮ ਦਿਖਾਣੇ ਆ ਗਏ ਆ ਕਾਫੀ ਅੱਛੇ ਵੱਡੇ ਸਾਈਜ਼ ਦਾ ਆ ਵੀ ਕਿਡਸ ਰੂਮ ਬਣਾਇਆ ਗਿਆ ਹੈਗਾ ਜੇ ਬਹੁਤ ਹੀ ਅੱਛਾ ਇਹਦੇ ਅੰਦਰ ਵੀ ਇੰਟੀਰੀਅਰ ਕੀਤਾ ਗਿਆ ਪ੍ਰੋਪਰ ਡਾਊਨ ਸੀਲਿੰਗ ਦਾ ਕੰਮ ਹੈਗਾ ਫਲੋਰ ਤੇ ਵਿਟਰੀਫਾਈਡ ਟਾਈਲ ਹੈਗੀ ਹੈ ਬਹੁਤ ਹੀ ਸੋਹਣਾ ਕਵਿੰਸ ਬੈੱਡ ਲਾਇਆ ਗਿਆ ਸਾਹਮਣੇ ਬੈੱਡ ਹੈਡ ਹੈਗਾ ਜੇ ਸਾਈਡ ਟੇਬਲ ਲਾਏ ਗਏ ਹੈਗੇ ਨੇ ਰੋਸ਼ਨੀ ਵੈਂਟੀਲੇਸ਼ਨ ਲਈ ਵਿੰਡੋ ਦਿੱਤੀ ਗਈ ਹੈ ਇਸ ਕਮਰੇ ਦੇ ਨਾਲ ਅਟੈਚ काफ़ी अच्छी व्डी बालकनी आगी है दे विला के अंदर एक्सटीरियर के ऊपर यू पी बी सी डोर विंडो लाए गए है काफ़ी अच्छी इन दाइफ होंगी है बैड के ओपोजिट ती देखो टीवी पैनल बनाया गया स्टडी टेबल लाए गए अच्छा है काफ़ी अच्छा व्डा रूम बच्चों के लिए तैयार किया गया हैगा बैठन दे लिए देखो बहुत ही सोहनी चेयर और टेबल लाए गए है सामने तुम्हें देखो राउंड एक सर्कल बनाया गया बच्चे इंजॉय कर सकते हैं काफ़ी अच्छी डिटेलिंग पूरा कमरा तैयार किया है ਇਹ ਕਮਰੇ ਦੇ ਨਾਲ ਵੀ ਕਾਫੀ ਅੱਛਾ ਵੱਡਾ ਬਾਥਰੂਮ ਦਿੱਤਾ ਗਿਆ ਆ। ਆਪਜੀ ਨੂੰ ਚੈੱਕ ਕਰਵਾਣੇ ਆ। ਥੱਲੇ ਫਲੋਰ ਤੇ ਵੁੱਡਨ ਪੈਟਰਨ ਦੀ ਟਾਈਲ ਲਾਈ ਗਈ ਹੈ। ਸਾਹਮਣੇ ਫੁੱਲ ਹਾਈਟ ਦਾ ਮਿਰਰ ਹੈਗਾ। ਕੈਬਨਿਟੀ ਦੇਖੋ ਬਹੁਤ ਹੀ ਸੋਹਣੇ ਡਿਜ਼ਾਈਨਰ ਦੇ ਨਾਲ ਆ ਤਿਆਰ ਕੀਤੀ ਗਈ ਹੈ। ਇਹ ਸ਼ਾਵਰ ਏਰੀਆ ਦੇਖੋ। ਪੂਰੀ ਡਾਰਕ ਬ੍ਰਾਊਨ ਕਲਰ ਦੀ ਟਾਈਲ ਵਾਲ ਦੇ ਉੱਪਰ ਲਾਈ ਗਈ ਹੈਗੀ ਇਹ। ਘਰ ਦੇ ਅੰਦਰ ਜਿੰਨੇ ਵੀ ਬਾਥਰੂਮ ਹੈ ਸਾਰੇ ਅੰਦਰ ਜੈਕਵਾਰ ਕੰਪਨੀ ਦੀ ਫਿਟਿੰਗਸ ਲਾਈਆਂ ਗਈਆਂ ਹੈਗੀਆਂ ਨੇ ਇਸ ਤੋਂ ਇਲਾਵਾ ਬ੍ਰਾਂਡਡ ਕੰਪਨੀ ਦੀ ਸਵਿਚ ਵਾਇਰਿੰਗ ਇਸਤੇਮਾਲ ਕੀਤੀ ਗਈ ਹੈ। ਸਾਹਮਣੇ ਤੁਸੀਂ ਦੇਖ ਰਹੇ ਹੋ। ਇਹਦੇ ਅੰ ਬਹੁਤ ਹੀ ਸੋਹਣਾ ਲਗਜ਼ਰੀ ਵਿਲਾ ਅਸੀਂ ਤੁਹਾਡੇ ਲਈ ਲੈ ਕੇ ਆਏ ਆਗੇ ਇਸ ਤਰ੍ਹਾਂ ਦੀ ਆਪਸ਼ਨ ਬਹੁਤ ਘੱਟ ਮਿਲਦੀ ਹੈ ਅਗਰ ਤੁਸੀਂ ਇਸ ਨੂੰ ਪਰਚੇਸ ਕਰਨਾ ਚਾਹਦੇ ਹੋ ਜਲਦੀ ਦੇ ਨਾਲ ਜਲਦੀ ਸਾਡੇ ਨਾਲ ਕੰਟੈਕਟ ਕਰੋ ਪੂਰੇ ਕਾਰ ਦੇ ਅੰਦਰ ਹੋਮ تھیਟਰ ਦੀ ਵਾਇਰਿੰਗ ਕੀਤੀ ਗਈ ਹੈ ਹਰੇਕ ਕੋਰਨਰ ਤੇ ਤੁਸੀਂ ਦੇਖੋਗੇ ਤਾਂ ਸਪੀਕਰ ਲਗਾਏ ਗਏ ਹੈਗੇ ਨੇ ਕਾਫੀ ਅੱਛਾ ਵੱਡਾ ਹੈ ਲਗਜ਼ਰੀ ਵਿਲਾ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਇੱਕ ਇੱਕ ਕੰਮ ਦੀ ਤੁਸੀਂ ਡਿਟੇਲਿੰਗ ਦੇਖੋ ਇਸ ਵਿਲੇ ਨੂੰ ਵੇਖ ਕੇ ਤੁਸੀਂ ਐਪਰੀਸ਼ੀਏਟ ਜ਼ਰੂਰ ਕਰੋਗੇ ਕਾਫੀ ਅੱਛੀ ਡਿਟੇਲਿੰਗ ਨਾਲ ਪੂਰਾ ਤਿਆਰ ਕੀਤਾ ਗਿਆ ਹੈ ਹੈ ਸ੍ਰੀ ਬਿਲਾ ਦੇ ਨਾਲ ਆਪ ਜੀ ਨੂੰ ਡ੍ਰੀਮ ਸਿਟੀ ਕਲੱਬ ਦੀ ਮੈਂਬਰਸ਼ਿਪ ਵੀ ਮਿਲੇਗੀ 6 ਮੈਂਬਰਾਂ ਦੀ ਮੈਂਬਰਸ਼ਿਪ ਮਿਲੇਗੀ ਇਨਕਲੂਡ ਹੈ ਉਹਦੇ ਨਾਲ ਤੋਂ ਇਲਾਵਾ ਟੌਪ ਟੈਰੇਸ ਤੇ ਇੱਕ ਜਿਮ ਰੂਮ ਬਣਾਇਆ ਗਿਆ ਆਓ ਆਪ ਜੀ ਨੂੰ ਉਹ ਵੀ ਚੈੱਕ ਕਰਵਾਨੇ ਹੈਗੇ ਆ ਬਹੁਤ ਹੀ ਸੋਹਣੀ ਇਹਦੇ ਅੰਦਰ ਵੀ ਡਾਊਨ ਸੀਲਿੰਗ ਕੀਤੀ ਗਈ ਹੈ ਗੀ ਜੇ ਫਲੋਰ ਦੇ ਉੱਪਰ ਵਿਟਰੀਫਾਈਡ ਟਾਈਲ ਲੱਗੀ ਹੈ ਐਕਸਰਸਾਈਜ਼ ਕਰਨ ਲਈ ਮਸ਼ੀਨਾਂ ਲਾਈਆਂ ਗਈਆਂ ਹੈਗੀਆਂ ਨੇ ਇਹਦੇ ਨਾਲ ਹੀ ਬਾਹਰ ਓਪਨ ਟੈਰੇਸ ਦੀ ਸਪੇਸ ਦਿੱਤੀ ਗਈ ਹੈ ਗੀ ਸામਨੇ ਦੀ ਤਰਫ ਇੱਕ ਸਟੋਰ ਰੂਮ ਦਿੱਤਾ ਗਿਆ ਉਹਦੇ ਨਾਲ ਅਟੈਚ ਬਾਥਰੂਮ ਹੈ ਤੁਸੀਂ ਚਾਹੋ ਤੇ ਇਹਨੂੰ ਸਰਵੈਂਟ ਰੂਮ ਵੀ ਕਨਵਰਟ ਕਰ ਸਕਦੇ ਹੈਗੇ ਉਹ ਆਪ ਜੀ ਨੂੰ ਓਪਨ ਟਰੈਸ ਏਰੀਆ ਚੈੱਕ ਕਰवानी ਆ ਕਾਫੀ ਅੱਛਾ ਵੱਡਾ ਏ ਓਪਨ ਟਰੈਸ ਹੈ ਟਰੈਸ ਦੇ ਉੱਪਰ ਦੇਖੋ ਡਾਰ ਗ੍ਰੇ ਕਲਰ ਦੀ ਟਾਈਲ ਲਾਈ ਗਈ ਹੈਗੀ ਏ ਇਸ ਤੋਂ ਇਲਾਵਾ ਇੱਕ ਡੈਕ ਏਰੀਆ ਅਲੱਗ ਤੋਂ ਬਣਾਇਆ ਗਿਆ ਹੈ ਸਪਾਇਰਲ ਸਟੇਅਰ ਕੇਸ ਉੱਪਰ ਟਾਪ ਟਰੈਸ ਲਈ ਜਾ ਰਹੀ ਹੈਗੀ साइड दीती इनोरमेस अगर आप जी अच्छी लगती है तो साढ़े चैनल सबसक्राइब करो ऑनलॉग सुपर प्रॉपर्टी बैल आइकन प्रेस करो लाइक एंड शेयर करो इसी तरह की अच्छी इनफोरमेस वीडियो अभी तेरे लिए लैके आते रहने हैं सा चैनल यूट्यूब फेसबुक दोनों जगह तो है सामने तुम्हें देखो क्लब हाउस है ढाई सौ स्केयर यार्ड का लगजरी वीला अगर तुम तो फुली फर्निश लैना चाहते हो तो साटैक्ट करो सा ऑफिस न्यू अमृतसर के अंदर है उत्तें भी आके विजिट कर सकते हो सेल परचेल लाडेल कॉन्टैक्ट करो थैंक यू फॉर वॉचिंग माई भीडियो